अज फगवाड़ा दे विच शहरी वर्ग ने किसानां दी हमायत कीती है अते रोस प्रदर्शन कीता। कलाकार अते समाज सेवी इत्थे आए मेरे नाल पंजाब दे चिंतत लखा सधाणा हैगे ने गलबात करदे आ ते शहर दे कुछ लोग भी हैगे ने जिन्हां दे नाल असीं गलबात भी करांगे। बई जी शहरां दा किवें दा लग रहा जी साथ, क्योंकि शहर वाले तां कहिंदे ने कि किसानां दा मसला आ, किसानां दे कानून आ, साडे ते कोई असर नहीं पैणा। नहीं नहीं, इहो जी नहीं गल हो रही बई, इह जिवें आपां फगवाड़े खड़े आ ਤੇ ਨਾਲ ਮੇਰੇ ਸ਼ਹਿਰ ਵਾਲੇ ਆਪਣੇ ਆੜਤੀਏ ਖੜੇ ਨੇ। ਬਾਈ ਨੇ ਮੈਨੂੰ ਦੱਸਿਆ, ਕਹਿੰਦਾ 75,000 ਬੋਰੀ ਤੋਲ ਕੇ ਫੇਰ ਧਰਨੇ ਚ ਆਇਆ ਆੜਤੀ ਹੈ ਇੱਕ, ਹਨਾ। ਤਾਂ ਫਿਕਰ ਸਾਰਿਆਂ ਨੂੰ ਹੈ, ਕਿਉਂਕਿ ਮਸਲਾ ਇਕੱਲੀ ਇਹ ਨਹੀਂ ਹੈ ਕਿ ਕਿਸਾਨਾਂ ਕੋਲ ਜ਼ਮੀਨਾਂ ਖੋਹੀਆਂ ਜਾਣੀਆਂ ਨੇ, ਮਸਲਾ ਹੈਗਾ ਪੰਜਾਬ ਦੇ ਲੋਕਾਂ ਕੋਲ ਰੋਟੀ ਖੋਹੀ ਜਾਣੀ ਹੈ। ਤੇ ਰੋਟੀ ਇਕੱਲੇ ਕਿਸਾਨਾਂ ਕੋਲ ਹੀ ਨਹੀਂ ਖੋਹੀ ਜਾਣੀ, ਉਹ ਮਜ਼ਦੂਰਾਂ ਕੋਲੋਂ ਵੀ, ਉਹ ਪਿੰਡਾਂ ਕੋਲੋਂ ਵੀ, ਸ਼ਹਿਰਾਂ ਵਾਲਿਆਂ ਕੋਲ ਵੀ, ਦੁਕਾਨਾਂ ਵਾਲਿਆਂ ਕੋਲ ਵੀ, ਸਾਰਿਆਂ ਕੋਲ ਹੀ ਖੋਹੀ ਜਾਣੀ ਹੈ। ਤਾਂ ਇਸ ਗੱਲ ਨੂੰ ਅੱਜ ਹਰ ਇੱਕ ਬੰਦਾ ਸਮਝਦਾ, ਪਰ ਸ਼ਹਿਰਾਂ ਦੀ ਸਮੱਸਿਆ ਥੋੜੀ ਜਿਹੀ ਇੰਨੀ ਕੁ ਆ ਜਾਂਦੀ ਹੈ ਕਿ ਇਹ ਅੱਗੇ ਬਹੁਤੇ ਸੰਘਰਸ਼ਾਂ ਦੇ ਵਿੱਚ ਨਹੀਂ ਉਹਨਾਂ ਆਉਂਦੇ, ਕੋਈ ਘੋਲਾਂ ਦੇ ਵਿੱਚ ਨਹੀਂ ਆਉਂਦੇ। ਕਿਉਂਕਿ ਮੈਂ ਬਠਿੰਡੇ ਦਾ ਤਜਰਬਾ ਦੱਸਦਾ, ਮੈਂ ਉੱਥੇ ਵੀ ਜਾ ਕੇ ਸ਼ਹਿਰਾਂ 'ਚ ਗੱਲਬਾਤ ਕਰਦਾ, ਹੋਰ ਸ਼ਹਿਰਾਂ 'ਚ ਵੀ ਮੈਂ ਜਾਂਦਾ। ਅੱਜ ਫਗਵਾੜੇ ਆਏ ਆ, ਸ਼ਹਿਰ ਵਾਸੀਆਂ ਦਾ ਪੂਰਾ ਸਾਥ ਮਿਲਿਆ, ਇਹਨਾਂ ਨੇ ਇਹ ਵੀ ਕਿਹਾ ਕਿ ਹਾਂ ਯਾਰ ਅਸੀਂ ਤੁਹਾਡੇ ਨਾਲ ਹੈ, ਇਹ ਲੜਾਈ ਦੇ ਵਿੱਚ ਨਾਲ ਹੈ। ਪਰ ਜਿਵੇਂ ਹੁਣ ਲੜਾਈ ਅੱਗੇ ਅੱਗੇ ਚੱਲੂਗੀ ਤੇ ਅੱਗੇ ਵੀ ਮੇਰਾ ਸਾਥ ਇਹ ਬਣਿਆ ਰਹਿਣਾ ਚਾਹੀਦਾ, ਮੈਂ ਇਹੀ ਉਮੀਦ ਕਰਦਾ, ਕਿਉਂਕਿ ਲੜਾਈ ਲੰਬੀ ਜਾਊਗੀ। ਇਸ ਚੀਜ਼ ਨੂੰ ਨੈਗੇਟਿਵ ਨਾ ਲਿਆ ਜਾਵੇ, ਕਿਉਂਕਿ ਜਿਉਂ ਜਿਉਂ ਸਮਾਂ ਵੱਧਦਾ ਜਾਂਦਾ ਵਾ ਪੰਡਾਲਾਂ ਦੇ ਵਿੱਚ ਕਿਸਾਨਾਂ ਦੀ ਤੇ ਨੌਜਵਾਨਾਂ ਦੀ ਗਿਣਤੀ ਰਹੀ ਹੈ। ਤੁਸੀਂ ਦੇਖਿਆ ਜੀ ਕਿ ਨੌਜਵਾਨਾਂ ਦੀ ਗਿਣਤੀ ਜਾਂ ਅੱਜ ਗਿਣਤੀ ਬਹੁਤ ਘੱਟ ਸੀਗੀ, ਇਹਦਾ ਕਾਰਨ ਕੀ ਸਮਾਂ ਪੈ ਰਿਹਾ ਤਾਂ ਕਰਕੇ ਕਿ ਜਾਂ ਕਿਸਾਨੀ ਸੰਘਰਸ਼ ਠੰਡਾ ਪੈ ਰਿਹਾ? ਨਹੀਂ ਵੀਰੇ, ਜਿਹੜਾ ਅੱਜ ਦਾ ਪ੍ਰੋਗਰਾਮ ਸੀ ਨਾ, ਇਹ ਸਪੈਸ਼ਲੀ ਇਹਦਾ ਨਾਂ ਦਿੱਤਾ ਗਿਆ ਸੀ ਸ਼ਹਿਰਾਂ ਸ਼ਹਿਰੀਏ ਕਿਸਾਨਾਂ ਦੇ ਨਾਲ। ਅੱਜ ਸਾਡਾ ਪ੍ਰੋਗਰਾਮ ਸਪੈਸ਼ਲ ਕੋਈ ਪਿੰਡਾਂ ਵਾਲੇ ਨੌਜਵਾਨ ਜਾਂ ਉੱਥੇ ਨਹੀਂ ਸੀ, ਅੱਜ ਸਿਰਫ ਵਿਚਾਲੇ ਆਪਾਂ ਖੜੇ ਆ, ਜਮਾਂ ਵਿਚਾਲੇ ਖੜੇ ਆ ਫਗਵਾੜੇ ਦੇ। ਤਾਂ ਸਾਡਾ ਅੱਜ ਪ੍ਰੋਗਰਾਮ ਸੀਗਾ ਕਿ ਸ਼ਹਿਰਗਿਆਂ ਨੂੰ ਬਾਹਰ ਕਿਵੇਂ ਲੈ ਕੇ ਆਉਣਾ। ਸੋ ਜੇ ਅੱਜ ਦੇ ਇੱਥੇ ਮੈਨੂੰ ਲੱਗਦਾ ਕਿ ਸੀਗਾ 250-300 ਬੰਦਾ ਸੀਗਾ, ਤਾਂ ਸ਼ਹਿਰੀ ਨਾਲ ਆਏ ਨੇ। ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਜੇ ਇੱਕ ਸ਼ਹਿਰ ਫਗਵਾੜਾ, ਬੜਾ ਵੱਡਾ ਕੋਈ ਸ਼ਹਿਰ ਨਹੀਂ ਹੈਗਾ, ਠੀਕ ਠੀਕ ਜਿਹਾ ਸ਼ਹਿਰ ਹੈਗਾ, ਤਾਂ ਉਹ ਸ਼ਹਿਰ ਦੇ ਵਿੱਚੋਂ ਜੇ 250-250 ਬੰਦਾ, ਜਿਹਦੇ ਵਿੱਚ ਆਪਾਂ 100-150 ਬੰਦਾ ਸ਼ਹਿਰ ਵਾਲਾ ਵੀ ਰੱਖ ਲੈ ਕੇ ਆਇਆ ਹੋਇਆ, ਤਾਂ ਬਹੁਤ ਵੱਡੀ ਪ੍ਰਾਪਤੀ ਹੈ। 26-27 ਤਰੀਕ ਨੂੰ ਕੂਚ ਕਰਨੀ ਹੈ ਦਿੱਲੀ ਨੂੰ, ਤਾਂ ਕੀ ਲੱਗਦਾ ਕਿ ਦਿੱਲੀ ਉਹ ਵੇਰਵੇ ਦੇ ਨਾਲ ਥੋੜਾ ਸਮਝਾਉਂਗੇ ਕਿ 26-27 ਦੋ ਦਿਨ ਹੀ ਸਿਰਫ ਰਹਿਣਾ ਕਿ ਜਾਂ ਦੋ ਦਿਨ ਜਾਣ ਦਾ ਸਮਾਂ ਆ, ਉੱਥੇ ਜਾ ਕੇ ਪੱਕੇ ਡੇਰੇ ਲਾਉਣੇ ਨੇ? ਦੇਖੋ ਵੀਰੇ, ਇਹ ਜਿਹੜੀ ਰਣਨੀਤੀ ਹੈ, ਦੋ ਦਿਨ ਹੀ ਰਹਿਣਾ ਜਾਂ ਲੰਬਾ ਰਹਿਣਾ, ਇਹ ਜਥੇਬੰਦੀਆਂ ਨੇ ਤੈਅ ਕਰਨਾ। ਅਸੀਂ ਤਾਂ ਜਿਵੇਂ ਉਹਨਾਂ ਨੇ ਹੋਕਾ ਦਿੱਤਾ ਸੀ ਅੱਗੇ ਲੋਕਾਂ 'ਚ, ਉਹਨੂੰ ਲੈ ਕੇ ਜਾ ਰਹੇ ਹਾਂ ਭਾਈ 26-27 ਨੂੰ ਆਪਾਂ ਦਿੱਲੀ ਜਾਣਾ। ਇਹ ਉੱਥੇ ਰਹਿਣ ਦਾ ਜਾਂ ਦੋ ਦਿਨ ਦਾ ਮੁੜਨਾ, ਇਹ ਜਥੇਬੰਦੀਆਂ ਨੇ ਤੈਅ ਕਰਨਗੇ। ਲੱਕਾ ਸਧਾਣਾ ਪੱਕੇ ਮੋਰਚੇ ਲਈ ਤਿਆਰ ਰਹੂਗਾ ਕਿ ਜਾਂ ਫਿਰ ਉਹੀ ਦੋ ਦਿਨ ਲਈ ਮੁੜ ਕੇ? ਆਪਾਂ ਨੂੰ ਤਾਂ ਬਾਈ ਚਾਹੇ ਉੱਥੇ 6 ਮਹੀਨੇ ਸਾਲ ਬਹਿਣਾ ਪਏ, ਆਪਾਂ ਤਾਂ ਉਹਦਾ ਨਾਲ ਲਿਜਾਵਾਂਗੇ ਸਾਰਾ ਬੋਰੀਆ ਬਿਸਤਰ ਬੰਨ ਕੇ, ਹਨਾ, ਕੋਈ ਚੱਕਰ ਨਹੀਂ ਹੈ। ਪਰ ਉਹ ਤਾਂ ਹੁਣ ਅੱਗੇ ਉਹ ਤੈਅ ਕਰਨਗੇ ਕਿਵੇਂ ਕਰਨਾ। ਲੱਗਦਾ ਕਿਉਂਕਿ ਬਾਰਡਰ ਦੇ ਉੱਪਰ ਰੋਕ ਦਿੱਤਾ ਜਾਂਦਾ, ਪਿੱਛੇ ਜੇ ਕਾਂਗਰਸ ਦੇ ਵੀ ਮੰਤਰੀਆਂ ਨੂੰ ਰੋਕ ਲਿਆ ਸੀਗਾ, ਤਾਂ ਲੱਗਦਾ ਕਿ ਕਿਸਾਨਾਂ ਨੂੰ ਦਿੱਲੀ ਵੱਲ ਭੇਜਿਆ ਜਾਊਗਾ ਜਾਂ ਉਧਰ ਲੰਘਣ ਦਿੱਤਾ ਜਾਊਗਾ? ਦੇਖੋ ਵੀਰੇ, ਐ ਨਹੀਂ ਹੁੰਦਾ, ਜਿਹੜੇ ਸਿਆਸੀ ਬੰਦੇ ਨੇ ਉਹਨਾਂ ਨੇ ਕੀ ਕਰਨਾ ਹੁੰਦਾ, ਕਿਸੇ ਬਾਰਡਰ ਤੇ ਗਏ, ਵਿਛਾੜਾਂ ਮਰਵਾ ਲਈਆਂ, 2-4 ਡਾਂਗਾਂ ਡੂੰਗਾਂ ਖਾ ਲਈਆਂ, ਪੱਗਾਂ ਲਹਾ ਲਈਆਂ, ਸੁਰਖੀਆਂ ਬਣ ਗਏ ਅਖਬਾਰਾਂ ਦੀਆਂ ਕਿ ਦੇਖੋ ਜੀ ਅਸੀਂ ਆ ਚੱਲੇ ਸੀ, ਸਾਡੇ ਨਾਲ ਐ ਹੋ ਗਿਆ ਐ ਹੋ ਗਿਆ। ਉਵੇਂ ਨਹੀਂ, ਕਿਸਾਨ ਲੜ ਰਹੇ ਆ ਜ਼ਮੀਨੀ ਪੱਧਰ ਦੇ ਉੱਤੇ, ਪੰਜਾਬ ਲੜ ਰਿਹਾ ਜ਼ਮੀਨੀ ਪੱਧਰ ਦੇ ਉੱਤੇ, ਤਾਂ ਜ਼ਮੀਨੀ ਪੱਧਰ ਦੇ ਉੱਤੇ ਹੀ ਲੜਾਂਗੇ ਤਾਂ ਜਾਵਾਂਗੇ, ਤਾਂ ਪਰ ਅਸੀਂ ਸ਼ੰਭੂ ਵੀ ਟੱਪ ਜਾਵਾਂਗੇ, ਇਹੋ ਜੀ ਗੱਲ ਨਹੀਂ ਹੈ। ਟੱਪ ਜਾਓਗੇ? ਹਾਂ, ਕੋਈ ਚੱਕਰ ਨਹੀਂ, ਟੱਪਾਂਗੇ। ਇੱਕ ਗੱਲ ਇਹ ਹੋ ਜਾਂਦੀ, ਕਿਸਾਨ ਕਹਿੰਦੇ ਨੇ ਕਿ ਕਲਾਕਾਰ ਸਾਡੇ ਨਾਲ ਨਹੀਂ ਆ, ਤੇ ਕਲਾਕਾਰ ਕਹਿੰਦੇ ਕਿਸਾਨ ਸਾਨੂੰ ਨਾਲ ਲੈ ਕੇ ਤੁਰਦੇ, ਇਹ ਦੁਚਿੱਤੀ ਕਿਉਂ ਪੈਦਾ ਹੋ ਰਹੀ ਹੈ? ਵੀਰੇ, ਜਿਹੜੀ ਕਿਸਾਨਾਂ ਵਾਲੀ ਤੇ ਕਲਾਕਾਰਾਂ ਵਾਲੀ ਗੱਲ, ਅੱਜ ਤੁਸੀਂ ਦੇਖਿਆ ਕਿ ਸਟੇਜ ਦੇ ਫਗਵਾੜੇ ਦੇ ਵਿੱਚ ਚਰਨਜੀਤ ਬਾਵਾ, ਕਨਵਰ ਗਰੇਵਾਲ, ਆਪਣਾ ਵੀਰ ਸਿੰਘ, ਹਨਾ, ਜਾਂ ਹਰਫ ਚੀਮੇ ਵਰਗੇ ਨੇ, ਹਨਾ, ਉਹ ਜਸ ਬਾਜਵੇ ਵਰਗੇ ਨੇ, ਉਹ ਰੋਜ਼, ਮੈਨੂੰ ਅੱਜ 1.5 ਮਹੀਨਾ ਹੋ ਗਿਆ ਤੁਰੇ ਫਿਰਦੇ, ਰੋਜ਼ ਅਸੀਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੁੰਦੇ ਹਾਂ, ਤਾਂ ਕਲਾਕਾਰ ਰੋਜ਼ ਸਾਡੇ ਨਾਲ ਹੁੰਦੇ ਨੇ। ਇਹ ਜਿਹੜੇ 5-7 ਜਿਹਨਾਂ ਨੇ ਮੈਂ ਨਾਂ ਲਏ ਨੇ, ਕੁਛ ਆਏ ਵੀ ਪਿੱਛੇ ਹਟ ਗਏ, ਕੁਛ ਜਮੇ ਨਹੀਂ ਆਏ, ਤਾਂ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਯਾਰ ਤੁਸੀਂ ਵੀ ਇਸ ਪੰਜਾਬ ਦੇ ਪੁੱਤੋਂ, ਇਸ ਮਿੱਟੀ ਦੇ ਪੁੱਤੋਂ, ਕਿਸਾਨਾਂ ਦੇ ਪੁੱਤੋਂ, ਤੁਹਾਡਾ ਫਰਜ਼ ਬਣਦਾ ਹੈ, ਚਾਹੇ ਸੋਸ਼ਲ ਮੀਡੀਆ ਰਾਹੀਂ ਆਪਣਾ ਪ੍ਰਚਾਰ ਕਰੋ, ਤੁਸੀਂ ਆਪਣੇ ਗੀਤਾਂ ਰਾਹੀਂ ਆਪਣਾ ਪ੍ਰਚਾਰ ਕਰੋ, ਚਾਹੇ ਧਰਨਿਆਂ 'ਚ ਕਦੇ ਹਾਜ਼ਰੀ ਲਵਾ ਕੇ ਆਪਣਾ ਪ੍ਰਚਾਰ ਕਰੋ, ਕਿਉਂਕਿ ਤੁਹਾਨੂੰ ਨੌਜਵਾਨ ਸੁਣਦੇ ਨੇ। ਤਾਂ ਇਹ ਜ਼ਰੂਰਤ ਇਕੱਲੇ ਇੱਕ ਵਰਗ ਦੀ ਨਹੀਂ, ਆਪਾਂ ਗੱਲ ਕਰੀਏ ਇਕੱਲੇ ਕਿਸਾਨਾਂ ਦਾ ਮਸਲਾ ਹੈ, ਸਾਰਿਆਂ ਦਾ ਹੀ ਮਸਲਾ ਯਾਰ। ਨੌਜਵਾਨ ਦੇ ਨਾਲ ਵੀ ਤੁਹਾਡੀ ਇਸੇ ਚੀਜ਼ ਦੇ ਉੱਪਰ ਵਿਚਾਰਕ ਮਤਭੇਦ ਵੀ ਹੋਏ ਸੀਗੇ, ਉਹਨੂੰ ਲੈ ਕੇ ਕੀ ਸਟੇਟਸ ਹੈ ਅੱਜ ਕੱਲ, ਠੀਕ ਚੱਲ ਰਿਹਾ ਉਹਦੇ ਨਾਲ ਕੇ ਜਾਂ, ਕਿਉਂਕਿ ਇਹਨਾਂ ਚੀਜ਼ਾਂ ਤੋਂ ਛੋਟੀਆਂ ਛੋਟੀਆਂ ਗੱਲਾਂ ਤੋਂ ਵੱਡੇ ਵਖਰੇਵੇਂ ਫਿਰ ਪੈਦਾ ਹੋ ਜਾਂਦੇ? ਕਿਹੜੇ ਨੌਜਵਾਨ ਨਾਲ ਵੀਰੇ? ਦੀਪ ਸਿੱਧੂ ਨਾਲ ਜਿਹੜੀ ਗੱਲਬਾਤ ਹੋਈ ਸੀ? ਨਹੀਂ ਨਹੀਂ, ਦੀਪ ਸਿੱਧੂ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀਰੇ, ਉਹ ਗੱਲ ਅਸੀਂ ਪਰਸੋਂ ਮੁੱਲਾਂਪੁਰ ਇਕੱਠੇ ਸੀਗੇ, ਹਨਾ, ਉਦੋਂ ਪਹਿਲਾਂ ਅਸੀਂ 5-7 ਦਿਨ ਹੋ ਗਏ ਪਸੌੜ,
ਧੂਰੀ ਉੱਥੇ ਸਟੇਜ ਤੇ ਇਕੱਠੇ ਸੀ ਕੋਈ ਸਾਡਾ ਕੋਈ ਇਸ ਤਰ੍ਹਾਂ ਦਾ ਨਹੀਂ ਆ ਉਹਨਾਂ ਨੇ ਅੱਡ ਲਾਇਆ ਹੋਇਆ ਅਸੀਂ ਅੱਡ ਲੋਕਾਂ ਨੂੰ ਥਾਂ ਥਾਂ ਪ੍ਰਚਾਰ ਕਰਕੇ ਲੋਕਾਂ ਨੂੰ ਜਗਾਉਂਦੇ ਫਿਰਦੇ ਆ ਜਵਾਨੀ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਫਿਰਦੇ ਆ ਤਾਂ ਕੋਈ ਬਖਰੇਮੇ ਵਾਲੀ ਗੱਲ ਨਹੀਂ ਅੱਡ ਅੱਡ ਹੋਣਾ ਇੱਕ ਚੰਗੀ ਗੱਲ ਹੈ ਨਹੀਂ ਵੀਰੇ ਦੇਖੋ ਇਹ ਹੁੰਦਾ ਕਿ ਜਦੋਂ ਤੁਸੀਂ ਵੱਖ ਵੱਖ ਪੜਾਵਾਂ ਦੇ ਉੱਤੇ ਵੱਖ ਵੱਖ ਮੋਰਚਿਆਂ ਦੇ ਵਿੱਚ ਲੜਦੇ ਹੁੰਦੀਆਂ ਫੌਜਾਂ ਹਨਾ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਇੱਕੋ ਹੀ ਮੋਰਚੇ ਦੇ ਸਾਰੇ ਆ ਕੇ ਇਕੱਠੇ ਬਹਿ ਜਾਈਏ ਉਹ ਉੱਥੋਂ ਸੰਭੂ ਦੇ ਵਿੱਚੋਂ ਆਪਣੀ ਗੱਲ ਰੱਖ ਰਹੇ ਨੇ ਅਸੀਂ ਥਾਂ ਥਾਂ ਜ਼ਿਲ੍ਹਿਆਂ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਗੱਲ ਰੱਖੇ ਹਾਂ ਤਾਂ ਨਿਸ਼ਾਨਾ ਸਾਡਾ ਇੱਕੋ ਹੀ ਹੈ ਕਿ ਅਸੀਂ ਪੰਜਾਬ ਦੀ ਹੋਂਦ ਨੂੰ ਕਿਵੇਂ ਬਚਾਉਣਾ ਪੰਜਾਬੀਅਤ ਨੂੰ ਕਿਵੇਂ ਬਚਾਉਣਾ ਇਹ ਪੰਜਾਬ ਨੂੰ ਜਿਹੜਾ ਮਾਰਨ ਤੇ ਤੁਲੇ ਹੋਈ ਇਹ ਸੰਘੀ ਸਰਕਾਰ ਹੈ ਜਾਂ ਘੱਟ ਗਿਣਤੀਆਂ ਨੂੰ ਜਾਂ ਦਲਿਤਾਂ ਨੂੰ ਰੱਖ ਲਗੇ ਹਨਾ ਇਹ ਮਾਰਨ ਤੇ ਤੁਲੇ ਹੋਏ ਨੇ ਅਸੀਂ ਉਹਨਾਂ ਨੂੰ ਕਿਵੇਂ ਜਗਾ ਕੇ ਆਪਣੇ ਨਾਲ ਖੜੇ ਕਰਨਾ ਤੇ ਅਸੀਂ ਕਿਵੇਂ ਪੰਜਾਬ ਦਾ ਖੁੱਸਿਆ ਹੋਇਆ ਜਿਹੜਾ ਮਾਣ ਆ ਸਤਿਕਾਰ ਆ ਉਹਨੂੰ ਕਿਵੇਂ ਬਹਾਲ ਕਰਾਉਣਾ ਕਿਵੇਂ ਪੰਜਾਬੀਆਂ ਨੂੰ ਇਹ ਅਸੀਂ ਸਿਖਾਉਣਾ ਕਿ ਨਹੀਂ ਯਾਰ ਜ਼ੁਰਤ ਨਾਲ ਜਾਣਾ ਅਣਖ ਨਾਲ ਜਾਣਾ ਹਨਾ ਉਹਦੇ ਲਈ ਅਸੀਂ ਇਹ ਤੁਰੇ ਫਿਰਦੇ ਹਾਂ ਤੇ ਮੈਨੂੰ ਲੱਗਦਾ ਕਿ ਜਿਵੇਂ ਜਿਵੇਂ ਜਾ ਰਹੇ ਹਾਂ ਦੁਆਬੇ ਦੇ ਵਿੱਚ ਪਹਿਲਾਂ ਲੱਗਦਾ ਸੀ ਬਹੁਤ ਘੱਟ ਯਾਰ ਉੱਥੇ ਲੋਕ ਜਾਗ ਨਹੀਂ ਰਹੇ ਪਰ ਅਸੀਂ ਘੱਟੋ ਘੱਟ ਮੈਨੂੰ ਬਸ 7ਵੇਂ 8ਵੇਂ ਵਾਰੀ ਇੱਧਰ ਨੂੰ ਆ ਗਏ ਹਾਂ ਜਲੰਧਰ ਹੁਸ਼ਿਆਰਪੁਰ ਫਗਵਾੜੇ ਹਾਂ ਅੱਜ ਤਾਂ ਲੋਕ ਹੌਲੀ ਹੌਲੀ ਦੁਆਬੇ ਵਾਲੇ ਵੀ ਜਾਗ ਰਹੇ ਹੈ ਕੈਪਟਨ ਸਾਹਿਬ ਕਹਿੰਦੇ ਕਿ ਏਜੰਸੀਆਂ ਫਾਇਦਾ ਲੈ ਸਕਦੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਕਿਸਾਨੀ ਮੁੱਦੇ ਦਾ ਜਾਂ ਹੱਲ ਛੇਤੀ ਨਾ ਨਿਕਲਿਆ ਦੇਖੋ ਵੀਰੇ ਇਹ ਗੱਲ ਜਿਹੜੀ ਹੈਗੀ ਆ ਇਹਦੇ 'ਚ ਇਹ ਆ ਕਿ ਇਹ ਗੱਲ ਬੜੀ ਚਿੰਤਾ ਦਾ ਵਿਸ਼ਾ ਇੱਕ ਹੈਗਾ ਕਿ ਉਹਨਾਂ ਨੇ ਇੱਕ ਪੱਤਾ ਖੇਡਿਆ ਸੀ ਕਿ ਕਿਸਾਨਾਂ ਨੂੰ ਦਲਿਤ ਵਰਗ ਤੋਂ ਪਾਸੇ ਕੀਤਾ ਜਾਵੇ ਬੀਜੇਪੀ ਨੇ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਪੋਤਰੇ ਉੱਤੇ ਹਾਰ ਪਾਏ ਕਿ ਅਸੀਂ ਦਲਿਤਾਂ ਦੇ ਬਹੁਤ ਵੱਡੇ ਰਖਵਾਲੇ ਹਾਂ ਮੈਂ ਕਹਿੰਦਾ ਜਿਹੜਾ ਸਭ ਤੋਂ ਵੱਡਾ ਦਲਿਤਾਂ ਦਾ ਵਿਰੋਧੀ ਹੋਵੇ ਜਿਹੜੀ ਸਰਕਾਰ ਯੂਪੀ ਹੋਵੇ ਜਾਂ ਉਹਨਾਂ ਦੇ ਹੋਰ ਸੂਬੇ ਹੁਣ ਜਿੱਥੇ ਦਲਿਤਾਂ ਦੀਆਂ ਬੱਚੀਆਂ ਨੂੰ ਬਲਾਤਕਾਰ ਕਰਕੇ ਮਾਰ ਦਿੱਤਾ ਜਾਂਦਾ ਹੋਵੇ ਇਨਸਾਫ਼ ਨਾ ਮਿਲਣਾ ਹੋਵੇ ਜਿੱਥੇ ਦਲਿਤਾਂ ਦੇ ਨਾਲ ਮੰਦਰਾਂ ਦੇ ਵਿੱਚ ਵਿਤਕਰਾ ਕੀਤਾ ਜਾਂਦਾ ਹੋਵੇ ਜਿੱਥੇ ਦਲਿਤਾਂ ਨੂੰ ਘੋੜੀ ਚੜ੍ਹਨ ਦੀ ਨਾ ਆਗਿਆ ਹੋਵੇ ਵਿਆਹ ਦੇ ਸਮੇਂ ਕਿਸੇ ਦਲਿਤਾਂ ਨੂੰ ਮੁੱਛਾਂ ਰੱਖਣ ਦੀ ਆਗਿਆ ਨਾ ਹੋਵੇ ਜਿੱਥੇ ਦਲਿਤ ਜੇ ਕੋਈ ਕਿਸੇ ਮੰਦਰ ਦੇ ਵਿੱਚ ਅੱਗੇ ਆ ਕੇ ਬੈਠ ਜਾਂਦੇ ਆ ਤਾਂ ਉਹਨੂੰ ਛਿੱਤਰ ਮਾਰ ਕੇ ਭਜਾਇਆ ਜਾਂਦਾ ਹੋਵੇ ਉਹ ਬੰਦੇ ਯਾਰ ਕਿੱਡੀਆਂ ਹਾਸੋਹੀਣੀਆਂ ਗੱਲਾਂ ਨੇ ਜਿਹੜੇ ਦਲਿਤਾਂ ਦੇ ਸੰਵਿਧਾਨ ਡਾਕਟਰ ਬਾਬਾ ਅੰਬੇਦਕਰ ਸਾਹਿਬ ਨੇ ਉਹ ਇੱਕ ਦਲਿਤਾਂ ਨੂੰ ਡੱਬੇ ਕੁਚਲੇ ਹੋਏ ਲੋਕਾਂ ਨੂੰ ਇੱਕ ਉਹਨਾਂ ਦਾ ਅਧਿਕਾਰ ਦਿੱਤੇ ਸੀਗੇ ਉਹਨਾਂ ਨੇ ਹਨਾ ਉਸ ਸੰਵਿਧਾਨ ਨੂੰ ਖਤਮ ਕਰਕੇ ਮਨੁਸਮ੍ਰਿਤੀ ਲਾਗੂ ਕਰਨ ਨੂੰ ਫਿਰਦੇ ਹੋਣ ਉਹ ਸੰਗੀ ਲਾਣਾ ਉਹ ਬੀਜੇਪੀ ਉਹ ਆਰਐਸਐਸ ਕਹਵੇ ਕਿ ਅਸੀਂ ਅਸੀਂ ਦਲਿਤਾਂ ਦੇ ਨਾਲ ਆ ਅਸੀਂ ਅੰਬੇਦਕਰ ਦੀ ਸੋਚ ਤੇ ਜਿਵੇਂ ਕਹਿੰਦਾ ਜੈ ਭੀਮ ਜੈ ਭਾਰਤ ਅੰਬੇਦਕਰ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਕਿੱਡੀਆਂ ਹਾਸੋਹੀਣੀਆਂ ਤੇ ਬੇਤੁਕੀਆਂ ਗੱਲਾਂ ਨੇ ਦੇਖੋ ਇਹ 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 ਉਹ ਪਤਾ ਚੱਲਿਆ ਨਹੀਂ ਲੋਕ ਸਮਝ ਗਏ ਅਗਲਾ ਉਹਨਾਂ ਨੇ ਹੋ ਸਕਦਾ ਹੈ ਕੋਈ ਇਸ ਤਰ੍ਹਾਂ ਦਾ ਟਕਰਾਅ ਕਰਾ ਦੇਣ ਕਿਸਾਨਾਂ ਦੇ ਵਿੱਚ ਤੇ ਆਪਣੇ ਲੋਕਾਂ ਦੇ ਵਿੱਚ ਆਪਣੇ ਲੋਕ ਵਿੱਚ ਵੜ ਕੇ ਕੋਈ ਹਿੰਸਾ ਪੈਦਾ ਕਰ ਦਿੱਤੀ ਜਾਵੇ ਪੰਜਾਬ ਦੇ ਵਿੱਚ ਕਿਉਂਕਿ ਉਹ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਸੰਘਰਸ਼ ਨੂੰ ਹੋਰ ਕੋਈ ਰੂਪ ਦੇ ਕੇ ਤੇ ਇਹਨੂੰ ਲੀਹ ਤੋਂ ਲਾਹਿਆ ਜਾਵੇ ਤਾਂ ਕਿ ਜਿਹੜਾ ਸੰਘਰਸ਼ ਨੂੰ ਫੇਲ ਕਰਕੇ ਲੋਕਾਂ ਨੂੰ ਦੱਬ ਕੇ ਕੁੱਟ ਕੇ ਫੇਰ ਘਰਾਂ 'ਚ ਵਾੜ ਦਿੱਤਾ ਜਾਵੇ ਤੇ ਜਿਹੜਾ ਏਜੰਡਾ ਹੈ ਏਜੰਡਾ ਮੈਂ ਵਾਰ ਵਾਰ ਬੋਲਦਾ ਉਹਨਾਂ ਦਾ ਬੜਾ ਸਾਫ਼ ਏਜੰਡਾ ਹੈ ਪੂਰੇ ਮੁਲਕ ਨੂੰ ਇੱਕੋ ਹੀ ਹਿੰਦੂ ਰਾਸ਼ਟਰ ਦੇ ਵਿੱਚ ਰੰਗਣਾ ਪੰਜਾਬ ਰੰਗਿਆ ਜਾਊਗਾ ਮੈਂ ਕਹਿੰਦਾ ਪੂਰਾ ਮੁਲਕ ਹੀ ਨਹੀਂ ਰੰਗਿਆ ਜਾਊਗਾ ਯਾਰ ਕਿਉਂ ਰੰਗਿਆ ਜਾਵੇ ਇਹ ਮੁਲਕ ਕਿਸੇ ਦੇ ਪਿਓ ਦਾ ਥੋੜੀ ਹੈ ਕਿਸੇ ਦੇ ਇੱਕ ਦਾ ਇਹ ਹਿੰਦੂਆਂ ਦਾ ਵੀ ਹੈ ਇਹ ਮੁਸਲਮਾਨਾਂ ਦਾ ਵੀ ਹੈ ਸਿੱਖਾਂ ਦਾ ਵੀ ਹੈ ਇਸਾਈਆਂ ਦਾ ਸਾਰਿਆਂ ਦਾ ਯਾਰ ਜੇ ਕੁਰਬਾਨੀ ਕੀਤੀਆਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਿੱਚ ਤਾਂ ਸਾਰਿਆਂ ਨੇ ਕੀਤੀਆਂ ਰਲ ਮਿਲ ਕੇ ਲੜੇ ਤੇ ਅੱਜ ਇਹ ਕਹਿੰਦੇ ਨਹੀਂ ਇਹਨਾਂ ਨੇ ਭਾਗਵਤ ਬਿਆਨ ਦਿੰਦਾ ਉੱਥੇ ਸ਼ਹਿਰ ਵਾਲੇ ਦਿਨ ਕਿ 135 ਕਰੋੜ ਲੋਕ ਹਿੰਦੂ ਨੇ ਕਿਵੇਂ ਹਿੰਦੂ ਨੇ ਬਈ ਹਰ ਬੰਦੇ ਦਾ ਆਪਣੀ ਆਇਡੈਂਟੀ ਹੈ ਜੇ ਹੁਣ ਅਸੀਂ ਅੱਗੇ ਸਾਰਿਆਂ ਨੂੰ ਕਿ ਨਹੀਂ ਸਾਰੇ ਸਿੱਖ ਬਣ ਜਾਣ ਇਹ ਗਲਤ ਹੈ ਕੱਟੜਤਾ ਵੀਰੇ ਕਿਸੇ ਵੀ ਕੰਮ 'ਚ ਗਲਤ ਹੈ ਧਰਮ 'ਚ ਵੀ ਗਲਤ ਹੈ ਜਾਤ ਪਾਤ ਦਾ ਵੀ ਇਹ ਮਤਲਬ ਕਿ ਇਹਨਾਂ ਨੇ ਬਹੁਤ ਬਖੇੜਾ ਖੜਾ ਕਰਨਾ ਧਰਮਾਂ ਇਹਨਾਂ ਤੇ ਬਖੇੜਾ ਖੜਾ ਕਰਨਾ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਸੰਭਲਣ ਦੀ ਲੋੜ ਆ ਇਹਨਾਂ ਨੇ ਬੜੇ ਹਥਕੰਡੇ ਅਪਣਾਉਣੇ ਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਸਾਡੇ ਕਿਸੇ ਵੀ ਇਸ ਏਜੰਡੇ ਦੇ ਖਿਲਾਫ ਬੋਲੂਗਾ ਪ੍ਰਚਾਰ ਕਰੂਗਾ ਅਸੀਂ ਉਹਨੂੰ ਚਾਹੇ ਕੋਈ ਝੂਠਾ ਮੁਕੱਦਮਾ ਦਰਜ ਕਰਾ ਕੇ ਚਾਹੇ ਉਹਦਾ ਕਤਲ ਕਰਾ ਦਈਏ ਠੀਕ ਹੈ ਚਾਹੇ ਉਹਨੂੰ ਕਿਵੇਂ ਨਾ ਕਿਵੇਂ ਤਰੀਕੇ ਨਾਲ ਆਪਣੇ ਰਾਹ ਤੋਂ ਪਾਸੇ ਹਟਾਉਣਾ ਇਹ ਇਹਨਾਂ ਦਾ ਏਜੰਡਾ ਹੈਗਾ ਇੱਕ ਪਿੱਛੇ ਜੇ ਰਿਪੋਰਟ ਛਪੀ ਸੀਗੀ ਕਿ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਨੌਜਵਾਨ ਅੱਗੇ ਨੇ ਉਹ ਵਿਧਾਇਕੀਆਂ ਭਾਲਦੇ ਨੇ 2022 ਦੀਆਂ ਵੀ ਜਿਹੜੇ ਨੌਜਵਾਨ ਅੱਗੇ ਨੇ ਤੁਹਾਡੇ ਵਰਗੇ ਨੇ ਜਾਂ ਕਲਾਕਾਰ ਨੇ ਜਿਹੜੇ ਉਹ ਕਹਿੰਦੇ ਨੇ ਕਿ ਵਿਧਾਇਕੀਆਂ ਭਾਲਦੇ ਨੇ 2022 ਦੀਆਂ ਅੱਛਾ ਵੀਰੇ ਹੁਣ ਕਿਸੇ ਨੂੰ ਸੁੱਕ ਕੇ ਥੋੜੀ ਦਿੱਤਾ ਬਾਦਲਾਂ ਨੂੰ ਜਾਂ ਕੈਪਟਨਾਂ ਨੂੰ ਕਿ ਤੁਹਾਡੇ ਪਿਓ ਪੁੱਤ ਭਤੀਜੇ ਤੁਹਾਡੇ ਭਾਣਜੇ ਸਾਰੇ ਤੁਸੀਂ ਨੂੰ ਆਈ ਜਾਣ ਆਮ ਆਮ ਘਰਾਂ ਦੇ ਧੀ ਪੁੱਤ ਨਹੀਂ ਆ ਸਕਦੇ ਹਨਾ ਤੇ ਦੂਜੀ ਗੱਲ ਇਹ ਹੁਣ ਚਾਹੁੰਦੇ ਨੇ ਵੀਰੇ ਮੇਰਾ ਤਾਂ ਕੋਈ ਅੰਡਾ ਹੀ ਨਹੀਂ ਹੈਗਾ ਇਸ ਤਰ੍ਹਾਂ ਦਾ ਹਨਾ ਮੈਂ ਤਾਂ ਹੁਣ ਜੇ ਪੂਰੇ ਮੈਂ ਫਗਵਾੜੇ ਖੜਾ ਮੈਂ ਕਿਹੜਾ ਇੱਥੇ ਚੋਣ ਲੜਨੀ ਹੈ ਕੱਲ ਨੂੰ ਮੈਂ ਅੰਮ੍ਰਿਤਸਰ ਜਾਣਾ ਮੈਂ ਕਿਹੜਾ ਉੱਥੇ ਚੋਣ ਲੜਨੀ ਹੈ ਯਾਰ ਹਨਾ ਚਲ ਮੈਂ ਜੇ ਮੇਰਾ ਏਜੰਡਾ ਹੁੰਦਾ ਤਾਂ ਮੈਂ ਉਹਦੇ ਬਠਿੰਡੇ ਤੋਂ ਰੈਫਰ ਦਾ ਮੈਂ ਇੱਥੇ ਤਾਂ ਚੋਣ ਲੜਨੀ ਹੈ ਝੱਟ ਲੀਡਰ ਪਾਰਟੀਆਂ ਬਣਾ ਲੈਂਦੇ ਨੇ ਕਿਤੇ ਇਹ ਨਾ ਹੋਵੇ ਵੀ ਪੂਰੇ ਪੰਜਾਬ 'ਚ ਸਾਖ ਬਣਾਉਂਦੇ ਹੋਣ ਲੱਖਾਂ ਸਧਾਣਾ ਤੇ ਆਪਣੀ ਪਾਰਟੀ ਖੜੀ ਕਰ ਲੈਣ ਮੁੜ ਕੇ ਵੀਰੇ ਮੈਂ ਇਹ ਵੀ ਕਹਿਣਾ ਨਾਲ ਸੋਨੂੰ ਕਿ ਕੀ ਪਾਰਟੀ ਬਣਾਉਣੀ ਗਲਤ ਹੈ ਕੀ ਲੋਕਤੰਤਰ ਦੇ ਵਿੱਚ ਬਣਾ
ਸੋਡਾ ਅਧਿਕਾਰ ਹੈ ਜੇ ਮੈਂ ਕਹਾਂ ਵੀ ਤੁਸੀਂ ਕੱਲਣ ਰਹੇ ਹੋ ਹਰ ਬੰਦੇ ਕੋਲ ਨੌਜਵਾਨ ਕਵੇ ਕਿ ਲੱਖਾ ਸੁਧਾਰਨਾ ਅੱਗੇ ਆਉਣਾ ਚਾਹੀਦਾ ਸਿਆਸਤ ਦੇ ਵਿੱਚ ਕੀ ਲੱਖਾ ਸੁਧਾਰਨਾ ਆ ਜਾਣਗੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਇਸ ਸਮੇਂ ਮੈਂ ਹਰ ਸਟੇਜ ਤੇ ਹੀ ਬੋਲਦਾ ਨਾ ਇਸ ਸਮੇਂ ਪੰਜਾਬ ਨੂੰ ਉਹ ਲੱਖਾ ਨਹੀਂ ਹੋ ਸਕਦਾ ਕੋਈ ਵੀ ਹੋ ਸਕਦਾ ਚੰਗੇ ਬੰਦੇ ਹੋ ਸਕਦੇ ਆ ਇਸ ਸਮੇਂ ਪੰਜਾਬ ਨੂੰ ਇੱਕ ਪੋਲੀਟੀਕਲ ਲੀਡਰਸ਼ਿਪ ਦੀ ਵੀ ਲੋੜ ਆ ਖਲਾ ਹੈਗਾ ਸਾਡੇ ਲੀਡਰਸ਼ਿਪ ਦੇ ਵਿੱਚ ਵੀ ਉਹ ਆਗੂ ਸਾਡੇ ਉਹ ਲੀਡਰ ਨਾ ਧਾਰਮਿਕ ਖਿੱਤੇ ਦੇ ਵਿੱਚ ਤੇ ਨਾ ਸਾਡੇ ਪੋਲੀਟੀਕਲ ਖਿੱਤੇ ਦੇ ਵਿੱਚ ਸਾਨੂੰ ਮਿਲੇ ਨੇ ਜਿਹੜੇ ਪੰਜਾਬ ਨੂੰ ਐ ਬਚਾ ਲੈਣ ਹਿੱਕ ਠੋਕ ਕੇ ਖੜ ਜਾਣ ਪੰਜਾਬ ਦੇ ਹੱਕਾਂ ਲਈ ਕਿਹੜਾ ਬੰਦਾ ਯਾਰ ਹੁਣ ਇਸ ਟਾਈਮ ਤੁਸੀਂ ਦੇਖੋ ਕੈਪਟਨ ਹੈ ਦੋਗਲੀ ਨੀਤੀ ਦੇ ਨੇ ਸਾਰੇ ਬਾਦਲ ਨੇ ਉਹ ਦੋਗਲੀ ਨੀਤੀ ਦੇ ਰਹੇ ਨੇ ਇਹਨਾਂ ਨੇ ਇਹੀ ਕੰਮ ਕੀਤਾ ਜਦੋਂ ਹੀ ਮਤਲਬ ਕਿ ਇਹਨਾਂ ਨੂੰ ਆਪਣੀ ਕੁਰਸੀ ਦਿਖਦੀ ਸੀ ਤਾਂ ਇਹਨਾਂ ਨੇ ਪੰਜਾਬ ਦੇ ਹਿੱਤ ਵੇਚਦੇ ਰਹੇ ਨੇ ਅੱਜ ਵੀ ਹਾਲਾਤ ਇਹ ਹੋ ਰਹੇ ਨੇ ਅੱਜ ਮੈਂ ਦੇਖਦਾ ਹੁੰਦਾ ਕਈ ਵਾਰੀ ਬਹੁਤ ਸੂਬਿਆਂ ਦੇ ਮੁੱਖ ਮੰਤਰੀ ਹੈਗੇ ਜਿਨ੍ਹਾਂ ਚ ਮਮਤਾ ਬਨਰਜੀ ਦੀ ਮੈਂ ਗੱਲ ਕਰਦਾ ਹੁੰਦਾ ਬੰਗਾਲ ਵਾਲੀ ਆ ਉਹ ਉਹ ਜਨਾਨੀ ਐ ਹਿੱਕ ਠੋਕ ਕੇ ਆਪਣੇ ਸੂਬੇ ਦੇ ਹੱਕਾਂ ਹਿੱਤਾਂ ਦੀ ਖਾਤਰ ਖੜਦੀ ਹੈ ਸਾਡੇ ਵਾਲਿਆਂ ਦੇ ਹਾਲਾਤ ਹੋਰ ਨੇ ਡਰਦੇ ਡਰਦੇ ਹੁਣ ਆਹ ਜਿਹੜੀ ਮਜਬੂਰੀ ਬਣ ਗਈ ਕੈਪਟਨ ਦੇ ਬਿੱਲ ਲਿਆਉਣੇ ਹਰਸਿਮਰਤ ਦਾ ਅਸਤੀਫਾ ਇਹ ਮਜਬੂਰੀਆਂ ਬਣ ਗਈਆਂ ਲੋਕ ਰੋ ਨਵੀਂ ਕਿਸਮ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਨਵੀਂ ਸੋਚ ਆਉਣੀ ਚਾਹੀਦੀ ਹੈ ਇਹੀ ਸਵਾਲ ਮੈਂ ਤੁਹਾਨੂੰ ਤੁਸੀਂ ਲੀਡਰਾਂ ਨੂੰ ਘੁਮਾ ਕੇ ਜਵਾਬ ਦੇ ਰਹੇ ਹੋ ਜੇ ਸਿੱਧੀ ਸਿੱਧੀ ਜੇ ਮੈਂ ਪੁੱਛਾਂ ਕਿ ਲੱਖਾ ਸੁਧਾਰਨਾ ਨੂੰ ਜੇ ਨੌਜਵਾਨ ਕਹੇ ਜੇ ਆਵਾਜ਼ ਉੱਠੇ ਕਿ ਸਿਆਸਤ ਚ ਆਉਣਾ ਚਾਹੀਦਾ ਤਾਂ ਲੱਖਾ ਸੁਧਾਰਨਾ ਅੱਗੇ ਹੋਣਗੇ ਕੋਈ ਇਰਾਦਾ ਨਹੀਂ ਫਿਲਹਾਲ ਜਿੱਦੇ ਬਣ ਗਿਆ ਮੈਂ ਐਲਾਨ ਕਰ ਦੂੰਗਾ ਮੈਂ ਚੋਣ ਲੜੂੰਗਾ ਮੈਂ ਕੋਈ ਬੇਝਿਜਕ ਥੋੜੀ ਗੱਲ ਕਰੂੰਗਾ ਪਰ ਮੈਂ ਗੱਲ ਤੁਸੀਂ ਕਹੀਏ ਕਿ ਨਵੀਂ ਲੀਡਰਸ਼ਿਪ ਦੀ ਲੋੜ ਆਪਾਂ ਵਾਰ ਵਾਰ ਉਹੀ ਗੱਲ ਕਰ ਲੋੜ ਹੈ ਲੋੜ ਤਾਂ ਉਹ ਜੇ ਇਮਾਨਦਾਰ ਬੰਦਿਆਂ ਦੀ ਚੰਗੇ ਬੰਦਿਆਂ ਦੀ ਲੋੜ ਹੈਗੀ ਆ ਪਰ ਚੰਗੇ ਬੰਦੇ ਇਕੱਠੇ ਵੀ ਨਹੀਂ ਹੁੰਦੇ ਇਹ ਵੀ ਸਿਆਪਾ ਪੰਜਾਬ ਚ ਹੀ ਹੈ ਝਾੜੂ ਵਾਲਿਆਂ ਨੇ ਮਾੜੀ ਜੀ ਉਮੀਦ ਦਿਖਾਈ ਸੀਗੀ ਉਹ ਨਹੀਂ ਇਕੱਠੇ ਹੋ ਸਕੇ ਉਹ ਪਾੜ ਗੱਡੋ ਡੀ ਹੋ ਗਏ ਹਨਾ ਹੁਣ ਇਹ ਲੋੜ ਅੱਜ ਯਾਰ ਤੁਸੀਂ ਇਹ ਦੇਖ ਵੀਰ ਅੱਜ ਜਿਹੜੀ ਲੜਾਈ ਆ ਉਹ ਪੰਜਾਬ ਬਨਾਮ ਦਿੱਲੀ ਹੈ ਜਾਂ ਪੰਜਾਬ ਨਾਮ ਬੀਜੇਪੀ ਮੋਦੀ ਸਰਕਾਰ ਹੈ ਉੱਥੇ ਵੀ ਰਾਜਨੀਤੀਆਂ ਹੋ ਰਹੀਆਂ ਨੇ ਨਾ ਜੇ ਕੈਪਟਨ ਚੰਗਾ ਚਾਹੇ ਮਾੜਾ ਯਾਰ ਮਾੜਾ ਵੀ ਬਥੇਰਾ ਮੈਨੂੰ ਪਤਾ ਉਹਨੇ ਨੁਕਸਾਨ ਵੀ ਬਥੇਰਾ ਕੀਤਾ ਪੰਜਾਬ ਦਾ ਉਹਨੇ ਮਤਾ ਲਿਆਂਦਾ ਉਹ ਦਿੱਲੀ ਜਾਂਦਾ ਤੇ ਉੱਥੇ ਆ ਝਾੜੂ ਵਾਲਿਆਂ ਨੂੰ ਕੀ ਸੱਪ ਲੜ ਜਾਂਦਾ ਤੇ ਦੂਜੇ ਬਾਦਲਾਂ ਵਾਲਿਆਂ ਨੂੰ ਕੀ ਸੱਪ ਲੜਦਾ ਵੀ ਕਿਉਂ ਨਹੀਂ ਜਾਂਦੇ ਬਈ ਨਾਲ ਤੁਸੀਂ ਕਾਰਨ ਕਿ ਇੱਥੇ ਬੜੇ ਨਿੰਦੀ ਜਾਂਦੇ ਆ ਉਹ ਕੈਪਟਨ ਆਏ ਆ ਉਹ ਅੱਜ ਭਲੇ ਮਾਨਸੋ ਉਹ ਕਸ਼ਮੀਰ ਵਾਲਾ ਹਾਲ ਦੇਖੋ ਅਗਲਿਆਂ ਨੇ ਕਸ਼ਮੀਰੀ ਆਗੂਆਂ ਨੂੰ ਨਜ਼ਰਬੰਦ ਕਰਤਾ ਸੀ ਨਾ ਜਿਹੜੇ ਕਸ਼ਮੀਰੀ ਪਿਛਲੇ 60-70 ਸਾਲਾਂ ਤੋਂ ਇੱਕ ਦੂਜੇ ਦੇ ਖਿਲਾਫ ਲੜਦੇ ਆ ਰਹੇ ਨੇ ਪਰ ਜਦੋਂ ਨੇ ਦੇਖਿਆ ਵੀ ਇਹਦਾ ਸਾਰੇ ਘੇਰ ਲਏ ਤਾਂ ਅੱਜ ਉਹਨਾਂ ਦੇ ਇਕੱਠੇ ਹੋ ਗਏ ਕਿ ਨਹੀਂ ਹੋ ਗਏ ਅੱਜ ਇਕੱਠੇ ਹੋਣ ਦੀ ਲੋੜ ਆ ਯਾਰ ਤੁਸੀਂ ਛੱਡੋ ਇਹ 2022 ਉਹ ਬਾਅਦ ਦੇਖ ਲਿਓ ਕਰੀ ਜਾਏ ਉਹ ਰਾਜਨੀਤੀ ਅੱਜ ਤੁਸੀਂ ਦਿੱਲੀ ਨਾਲ ਟੱਕਰ ਲੈਣੀ ਹੈ ਜੇ ਅੱਜ ਝਾੜੂ ਵਾਲੇ ਵੀ ਬਾਦਲ ਵਾਲੇ ਵੀ ਕਾਂਗਰਸੀ ਵੀ ਕਾਮਰੇਡ ਵੀ ਢੀਂਡਸੇ ਬੈਂਸ ਜੋ ਵੀ ਇੱਥੇ ਫਿਰਦੇ ਨੇ ਖਹਿਰੇ ਅੱਗੇ ਸਾਰੇ ਇਕੱਠੇ ਹੋ ਕੇ ਜੇ ਇੱਕੋ ਹੀ ਆਵਾਜ਼ ਦੇ ਵਿੱਚ ਗੱਲ ਕਰਨਗੇ ਤਾਂ ਸੈਂਟਰ ਨੂੰ ਇਹ ਲੱਗੂ ਵੀ ਨਹੀਂ ਯਾਰ ਪੰਜਾਬ ਦੇ ਲੀਡਰ ਸਾਰੇ ਇੱਕ ਨੇ ਉਹ ਚਾਹੁੰਦੇ ਨੇ ਲੀਡਰਾਂ ਨੂੰ ਵੀ ਇਹ ਤਾਂ ਆਪਸ ਵਿੱਚ ਜੁੱਤੋ ਜੁੱਤੀ ਹੋਈ ਜਾਣ ਹੋਈ ਜਾਂਦੇ ਨੇ ਇੱਥੇ ਨੂੰ ਉੱਥੇ ਮੈਂ ਝਾੜੂਆਲਾਂ ਦਾ ਬਿਆਨ ਸੁਣ ਰਿਹਾ ਸੀ ਕਿ ਜੀ ਜੇ ਸੈਂਟਰ MSP ਨਹੀਂ ਦੇ ਰਿਹਾ ਤਾਂ ਪੰਜਾਬ ਸਰਕਾਰ ਜ਼ਿੰਮੇਵਾਰੀ ਲਵੇ ਹੁਣ ਪੰਜਾਬ ਜ਼ਿੰਮੇਵਾਰੀ ਕਿਵੇਂ ਲੈ ਸਕਦਾ ਕਿੱਡੀਆਂ ਹੱਸ ਹੋਣੀਆਂ ਗੱਲਾਂ ਨੇ ਯਾਰ ਸੂਬੇ ਕੋਲ ਕੀ ਅਧਿਕਾਰ ਹੈ ਯਾਰ ਹਨਾ ਤਾਂ ਵੀ ਇੱਥੇ ਰਾਜਨੀਤੀ ਨਾ ਕਰੋ ਮੇਰਾ ਵੀਰ ਪਰ ਲੋਕ ਸਮਝਦੇ ਆ ਹੁਣ ਜਿਹੜਾ ਬੰਦਾ ਇੱਥੇ ਰਾਜਨੀਤੀ ਕਰੂਗਾ ਵੋਟਾਂ ਦੀ ਗੱਲ ਕਰੂਗਾ ਵੋਟਾਂ ਦੀ ਰਾਜਨੀਤੀ ਕਰੂਗਾ ਲੋਕ ਉਹਦੇ ਛਿੱਤਰ ਮਾਰਨਗੇ ਨਖੇੜ ਕੇ ਬਾਹਰ ਕੱਢ ਲੈਣਗੇ ਲੋਕ ਧੰਨਵਾਦ ਖੁੱਲ ਕੇ ਗੱਲਬਾਤ ਕਰ ਲਈ ਸੋ ਤੀਸਰੇ ਬਦਲ ਦੀ ਜ਼ਰੂਰਤ ਤਾਂ ਹੈਗੀ ਹੈ ਇੱਕ ਲੱਖਾ ਸੁਧਾਰਨਾ ਨੇ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਇਹ ਆੜਤੀਏ ਨੇ ਕਈ ਹਜ਼ਾਰਾਂ ਬੋਰੀਆਂ ਢਾ ਕੇ ਜਿਹੜੇ ਨੇ ਉਹ ਇੱਥੇ ਆਏ ਨੇ ਵੈਸੇ ਤਾਂ ਤੁਹਾਡਾ ਖਿੱਤਾ ਕਿਸਾਨੀ ਦੇ ਨਾਲ ਹੀ ਹੈ ਕਿਉਂਕਿ ਤੁਹਾਡਾ ਜਿਹੜਾ ਰਿਸ਼ਤਾ ਵਾ ਕਿਸਾਨ ਦੇ ਨਾਲ ਬੜਾ ਗੂੜਾ ਹੈਗਾ ਤਾਂ ਲੱਗਦਾ ਕਿ ਅੱਜ ਲੋੜ ਹੈਗੀ ਕਿਸਾਨ ਦੇ ਨਾਲ ਖੜਨ ਦੀ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਗਾਇਕ ਆਏ ਆ ਜੋ ਫਗਵਾੜ ਐਤ ਕਰਨ ਆਏ ਆ ਮੈਂ ਕੋਈ ਬੁਲਾਰਾ ਕੋਈ ਮੇਰੀ ਪਾਰਟੀ ਆ ਠੀਕ ਹੈ ਪਰ ਮੈਂ ਕਿਸਾਨੀ ਦੇ ਬਿਲਕੁਲ ਨਾਲ ਹਾਂ ਕਿਉਂਕਿ ਸਾਡਾ 100 ਸਾਲ ਪੁਰਾਣਾ ਆੜਤ ਦਾ ਕੰਮ ਆ ਜੀ ਠੀਕ ਹੈ ਇਸ ਵੇਲੇ 75,000 ਬੋਰੀ ਔਨ ਰਿਕਾਰਡ ਫਗਵਾੜਾ ਮੰਡੀ ਚ ਮੈਂ ਤੋਲ ਚੁੱਕਾ ਵਾਂ ਦੂਜੀ ਗੱਲ ਇਹ ਕਿਸਾਨਾਂ ਦੇ ਨਾਲ ਸਾਡਾ ਇੰਨਾ ਗੂੜਾ ਰਿਸ਼ਤਾ ਵਾ ਕਿ ਆਪਣੇ ਰਿਸ਼ਤੇਦਾਰੀਆਂ ਨਾਲੋਂ ਵੀ ਜ਼ਿਆਦਾ ਅਸੀਂ ਇੱਕ ਦੂਜੇ ਨਾਲ ਅਟੈਚ ਆ ਇੱਕ ਦੁੱਖ ਸੁੱਖ ਦੇ ਸਾਂਝੀ ਆ ਜੇ ਹੁਣ ATM ਚੱਲਿਆ ਜਿਹੜਾ ਕਿਸਾਨ ਤੇ ਆੜਤੀਆਂ ਦਾ ATM ਆ ਇਹ 100 ਸਾਲ ਪੁਰਾਣਾ ਵਾ ਚਲੋ ਚੰਗੀ ਗੱਲ ਹੈ ਇੱਕ ਵਧੀਆ ਇੱਕ ਡਿਸਕਸ਼ਨ ਹੋ ਜਾਣੀ ਹੁਣ ਕਿ ਤੁਹਾਡਾ ਰਿਸ਼ਤਾ ਤਾਂ ਬਹੁਤ ਜ਼ਬਰਦਸਤ ਹੈ ਕਿਸਾਨੀ ਦੇ ਨਾਲ ਤੁਸੀਂ ਬੜੀ ਵਧੀਆ ਗੱਲ ਕੀ ਕਿ ਰਿਸ਼ਤਾ ਰਿਸ਼ਤੇਦਾਰੀ ਵੀ ਜਿਹੜੀ ਉਹ ਬਾਅਦ ਚ ਆਉਂਦੀ ਹੈ ਤੁਹਾਡਾ ਜਿਹੜਾ ਰਿਸ਼ਤਾ ਉਹ ਪਹਿਲਾਂ ਆਉਂਦਾ ਵਾ ਤੁਹਾਡਾ ਅਸਲ ਦੇ ਵਿੱਚ ਕਿਸਾਨਾਂ ਦੇ ਨਾਲ ਜੋੜ ਤੋੜ ਹੋਣਾ ਕਿਵੇਂ ਆ ਕਿਉਂਕਿ ਲੀਡਰ ਕਹਿੰਦੇ ਵੀ ਅਸੀਂ ਤਾਂ ਨਹੀਂ ਆੜਤੀਏ ਖਤਮ ਕਰਨੇ ਮੰਡੀਆਂ ਨਹੀਂ ਖਤਮ ਕਰਨੀਆਂ ਫਿਰ ਹੋਊਗਾ ਕੀ ਅਸਲ ਦੇ ਵਿੱਚ ਇਹ ਬਾਂਹ ਫੜਨ ਵਾਲੇ ਲੀਡਰ ਨਹੀਂ ਹੈਗੇ ਕਿ ਨਾ ਸਾਡੀਆਂ ਸਰਕਾਰਾਂ ਬਾਂਹ ਫੜਦੀਆਂ ਇਹ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੰਦੀਆਂ ਜੇ ਕੋਰੋਨਾ ਵਰਗੀ ਮਹਾਮਾਰੀ ਆਈ ਆ ਇੱਕੋ ਗੱਲ ਕਹੀ ਜਾਂਦੇ ਆ ਹੱਥ ਧੋਵੋ ਵੀ ਮਾਸਕ ਲਾ ਕੇ ਰੱਖੋ ਬਾਕੀ ਤੁਹਾਡਾ ਰੱਬ ਰੱਖਾ
सरकारां जिहड़ियां साडी सारा ही जूग तो बाहर जा रहा क्योंकि उन्हां दी सरकारां जिम्मेवारी बहुत चकदियां। मैं ये नहीं कहिंदा पंजाब दा किसान बहुत मेहनती आ, पंजाब ने हिंदुस्तान नूं अनाज दे विच पालिया, अज उह सजा कट रहे आ वध अनाज पैदा करन दी। देखो इस वेले डाया नहीं आ रहा, यूरिया नहीं आ रहा, किसानां दा दिल धड़कदा, परमात्मा साथ दिंदा इस बार फसल इदां दी वधिया होई आ जिहड़े कई कई सालां बाद हुंदी आ। तुसी इह वी कह सकदे 10-12 सालां बाद होई आ। हां जी, उह सिर्फ सिर्फ रब दा काम आ जी। किसानां ने उन्नी मेहनत कीती, ਉਹ ਫਸਲ ਮੌਸਮ ਦੇ ਮੁਤਾਬਕ ਬਹੁਤ ਸੋਹਣੀ ਬਣੀ, ਜਿੱਦਾਂ ਤੁਸੀਂ ਕਹਿੰਦੇ ਸੋਨਾ। ਨਹੀਂ ਤਾਂ ਝੋਨੇ ਵਿੱਚ ਆੜਤੀਏ, ਵੱਡੇ ਵੱਡੇ ਆੜਤੀਏ ਜਿਹੜੇ ਇਸ ਵੇਲੇ ਜਥੇਬੰਦੀਆਂ ਵੀ ਚਲਾਉਂਦੇ ਆ, ਉਹ ਵੀ ਝੋਨਾ ਵੇਚਦੇ ਮੈਂ ਰੋਂਦੇ ਦੇਖੇ, ਕਿਉਂਕਿ ਸਾਡਾ 100 ਸਾਲ ਦਾ ਪੁਰਾਣਾ ਕੰਮ ਆ, 57 ਸਾਲ ਦੀ ਮੇਰੀ ਉਮਰ ਆ। ਮੈਂ ਮੰਡੀਆਂ 'ਚ ਪਲਿਆ, ਮੰਡੀਆਂ 'ਚ ਰਿਹਾ, ਕਿਸਾਨਾਂ ਦਾ ਤਾਂ ਆੜਤੀਆਂ ਦਾ ਜਾਂ ਜਿਹੜੇ ਵੀ ਆੜਤ ਕਰਦੇ ਆ ਉਹਦੇ ਵਿੱਚ ਸਾਰੇ ਵਰਗ ਦੇ ਲੋੜ। ਮੈਂ ਪੰਡਿਤ ਹਾਂ ਜੀ, ਅਸੀਂ ਬ੍ਰਾਹਮਣ ਆ, ਲੇਕਿਨ ਮੈਂ ਕਿਸਾਨ ਜਥੇਬੰਦੀਆਂ ਦੇ ਬਿਲਕੁਲ ਨਾਲ ਆ। ਮੈਂ ਫਲੋਰ ਧਰਨੇ ਤੇ ਵੀ ਗਿਆ, ਸ਼ੂਗਰ ਮਿਲ ਚੌਂਕ ਦੇ ਉੱਥੇ ਧਰਨਾ ਲੱਗਾ, ਉੱਥੇ ਵੀ ਗਿਆ ਜੀ, ਔਰ ਮੈਂ ਸਦਾ ਜਿੱਥੇ ਤੱਕ ਲੋੜ ਹੋਗੀ ਅਸੀਂ ਜ਼ਰੂਰ ਜਾਵਾਂਗੇ, ਕਿਉਂਕਿ ਸਾਨੂੰ ਸੱਚੇ ਦਿਲੋਂ ਸਾਥ ਦੇਣਾ ਚਾਹੀਦਾ, ਸਾਨੂੰ ਸਾਥ ਦਿਲੋਂ ਦੇਣਾ ਚਾਹੀਦਾ, ਨਾ ਕਿ ਲੀਡਰਾਂ ਨੂੰ ਗੱਲਾਂ ਬਹੁਤ ਆਉਂਦੀਆਂ ਜੀ, ਉਹ ਸਟੇਜ ਤੇ ਇਦਾਂ ਸਮਾਂ ਬੰਨ ਦਿੰਦੇ ਆ। ਇਹੀ ਸੋਚ ਜੇ ਲੈ ਕੇ ਕੋਈ ਹਰ ਕੋਈ ਚੱਲੂਗਾ ਤਾਂ ਵਾਕਈ ਮੈਨੂੰ ਲੱਗਦਾ ਕਿ ਇਹ ਸੰਘਰਸ਼ ਜਿਹੜਾ ਵਾ ਉਹਨੇ ਸਖਾਲਾ ਹੋ ਜਾਊਗਾ। ਸੋ 26 ਤੇ 27 ਤਰੀਕ ਨੂੰ ਹੁਣ ਦਿੱਲੀ ਦੇ ਵਿੱਚ ਕੂਚ ਕਰਨਗੇ। ਧੰਨਵਾਦ ਤੁਹਾਡਾ ਬਹੁਤ ਬਹੁਤ। ਸੋ 26 ਅਤੇ 27 ਤਰੀਕ ਨੂੰ ਕੂਚ ਕੀਤੀ ਜਾਊਗੀ ਅਤੇ ਅੱਜ ਖੁੱਲ ਕੇ ਲੱਕਾ ਸਧਾਣਾ ਵੀ ਪੰਜਾਬ ਦੇ ਵਿੱਚ ਸਿਆਸਤ ਬਾਰੇ ਖੁੱਲ ਕੇ ਬੋਲੇ ਨੇ ਅਤੇ ਕਈ ਚੀਜ਼ਾਂ ਦੇ ਸੰਕੇਤ ਵੀ ਦਿੱਤੇ ਨੇ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਆਉਣਗੇ ਜਾਂ ਨਹੀਂ। ਸੋ ਇਹ ਪਹਿਲੀ ਵਾਰੀ ਹੋ ਸਕਦਾ ਹੈ ਕਿ ਲੱਖਾ ਸਧਾਣਾ ਨੇ ਆਪਣੇ ਬਾਰੇ ਸਿਆਸਤ 'ਚ ਆਉਣ ਬਾਰੇ ਖੁੱਲ੍ਹ ਕੇ ਗੱਲ ਕੀਤੀ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ।